ਤੇ ਥੱਲੇ ਲੰਮੇ ਪੈ ਕੇ ਜਾਨ ਬਚਾਈ। ਸਾਡੇ ਘਰੇ ਆ ਕੇ 10-20 ਜਾਣੇ ਇਕੱਲੀਆਂ ਜਨਾਨੀਆਂ ਘਰੇ ਆ, ਅਸੀਂ ਮਹਾਂ ਹੀ ਬਚੀਆਂ ਵਾਂ। ਨਸ਼ਾ ਤੇ ਹਥਿਆਰ ਪੰਜਾਬ ਦੀ ਪਛਾਣ ਬਣਦਾ ਜਾ ਰਿਹਾ ਹੈ। ਇਹ ਕਾਰਾਂ ਦੇ ਭੰਨੇ ਸ਼ੀਸ਼ੇ, ਟੁੱਟੀਆਂ ਬੂਹੇ ਬਾਰੀਆਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਤਬਾਹੀ ਮਚਾਈ ਗਈ ਹੈ। ਦਰਅਸਲ ਇਹ ਘਟਨਾ ਹੈ ਪਿੰਡ ਜਮਸਤਪੁਰ ਦੀ, ਜਿੱਥੇ ਬੀਤੇ ਦਿਨੀ ਇੱਕ ਨੌਜਵਾਨ ਆਪਣੇ 15-20 ਸਾਥੀਆਂ ਨਾਲ ਨਸ਼ੇ ਦੀ ਹਾਲਤ 'ਚ ਮੋਟਰਸਾਈਕਲਾਂ ਤੇ ਕਾਰਾਂ ਤੇ ਆਉਂਦੇ ਨੇ ਤੇ ਇੱਕ ਘਰ ਦੀ ਬੈਠਕ 'ਚ ਅੰਨੇ ਵਾਹ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੰਦੇ ਨੇ। ਇੱਕ ਵਾਰ ਤਾਂ ਕਿਸੇ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਇਹ ਹੋ ਕੀ ਰਿਹਾ ਹੈ। ਇਹੀ ਨਹੀਂ, ਇਹਨਾਂ 'ਚੋਂ ਇੱਕ ਨੌਜਵਾਨ ਜਿਸਦਾ ਨਾਮ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਪਰਿਵਾਰ ਵਾਲਿਆਂ ਤੇ ਸਾਬਕਾ ਸਰਪੰਚ ਨਾਲ ਜਾਣ ਪਛਾਣ ਹੋਣ ਦਾ ਰੋਪ ਵੀ ਵਿਖਾਇਆ। ਅੰਮ੍ਰਿਤਪਾਲ ਸਿੰਘ ਤੇ ਉਹਦੇ ਕੁਝ ਸਾਥੀ ਜਿਹੜੇ ਕਿ ਸਾਡੇ ਘਰੇ ਆਏ, ਉਹਨਾਂ ਕੋਲ ਰਾਈਫਲਾਂ ਵਗੈਰਾ ਸੀ ਤੇ ਉਹਨਾਂ ਨੇ ਮੈਨੂੰ ਮਾਰ ਦੀ ਨੀਤ ਨਾਲ ਫਾਇਰ ਕੀਤੇ ਤੇ ਮੈਂ ਆਪਣੇ ਥੱਲੇ ਲੰਮੇ ਪੈ ਕੇ ਜਾਨ ਬਚਾਈ। ਉਹ ਘੱਟੋ ਘੱਟ 20-25 ਜਣੇ ਸੀ ਜੀ, 6 ਮੋਟਰਸਾਈਕਲ ਸੀ ਤੇ ਇੱਕ ਕਾਰ ਸੀ। ਘਰ ਦੇ ਦਰਵਾਜ਼ੇ ਵਗੈਰਾ ਜੋ ਵੀ ਸ਼ੀਸ਼ੇ ਸ਼ਾਸ਼ੇ ਤੋੜਤੇ ਆ, ਗੱਡੀ ਭੰਨਤੀ, ਟਰੈਕਟਰ ਦੇ ਟਾਇਰਾਂ 'ਚ ਗੋਲੀਆਂ ਮਾਰੀਆਂ ਨਾ। ਨਹੀਂ, ਪੁਰਾਣੀ ਰੰਜਿਸ਼ ਕੋਈ ਨਹੀਂ ਜੀ, ਇਹ ਥੋੜ੍ਹੇ 5-4 ਦਿਨ ਹੋ ਗਏ ਆ ਜੀ। ਉੱਦਣ ਇਹ ਰਾਤ 10:15 ਸਾਡੇ ਘਰ ਆ ਗਿਆ, ਨਸ਼ੇ ਦੀ ਹਾਲਤ ਵਿੱਚ ਸੀ ਅਤੇ ਅਸੀਂ ਇਹਨੂੰ ਚਲੋ ਫੜਿਆ, ਪੁੱਛਿਆ ਵੀ ਕਿੱਧਰ ਆਇਆ, ਕੀ ਗੱਲਬਾਤ ਆ। ਮੁੜ ਕੇ ਤੇਜਾ ਸਿੰਘ ਵਾਲੇ ਦਾ ਸਾਬਕਾ ਸਰਪੰਚ ਇੰਦਰ ਸਿੰਘ ਇਹ ਕਹਿੰਦਾ ਮੈਂ ਉਹ ਮੇਰਾ ਮਾਸੜ ਆ, ਮੈਂ ਉਹਨੂੰ ਫੋਨ ਕਰਕੇ ਸੱਦਿਆ ਅਤੇ ਮੈਂ ਉਹਦੇ ਹਵਾਲੇ ਕਰਤਾ, ਮਤਲਬ ਕਿ ਉਹ ਇਹਨੂੰ ਲੈ ਗਿਆ। ਉਹ ਤੋਂ ਬਾਅਦ ਇਹਨਾਂ ਨੇ ਕੋਈ ਗੱਲਬਾਤ ਇੰਦਰ ਸਿੰਘ ਸਵੇਰੇ ਉਹਦੇ ਪਿਓ ਨੂੰ ਲੈ ਗਿਆ ਅਤੇ ਉਹਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਬਹਿ ਕੇ ਵੀ ਮਾਫ਼ੀ ਮੂਫ਼ੀ ਮੰਗਾ ਦਿੰਦੇ, ਮੁੰਡਿਆਂ ਤੋਂ ਕੋਈ ਗੱਲਬਾਤ ਨਹੀਂ ਗੀ। ਇੱਦਾਂ ਸ਼ੱਕੀ ਹਾਲਤ ਵਿੱਚ ਸਾਡੇ ਘਰ ਇੱਥੇ ਬੰਦਾ ਹੀ ਫੜ ਲਿਆ, ਫੜਿਆ ਵੀ ਆ, ਉਹਨੂੰ 1-2 ਚਪੇੜਾਂ ਵੀ ਮਾਰੀਆਂ ਹੋਣਗੀਆਂ, ਪਰ ਉਹਨੇ ਮੁੜ ਕੇ ਜਦੋਂ ਇੰਦਰ ਸਰਪੰਚ ਦਾ ਨਾਂ ਲਿਆ, ਤੇਜਾ ਸਿੰਘ ਵਾਲੇ ਦਾ ਸਾਬਕਾ ਸਰਪੰਚ ਇੰਦਰ ਸਿੰਘ, ਉਹਦੇ ਕਹਿਣ ਤੇ ਅਸੀਂ ਉਹਨਾਂ ਨੂੰ ਛੱਡ ਦਿੱਤਾ। ਉਹ ਆਏ ਇੱਥੇ ਸਾਡੇ ਕੋਲ, ਉਹਨਾਂ ਦੇ ਕਹਿਣ ਤੇ ਛੱਡ ਦਿੱਤਾ ਵਾ। ਉਹਨਾਂ ਨੇ ਪਹਿਲਾਂ ਹੀ ਸਾਡੇ ਘਰੇ ਆਣ ਕੇ 10-20 ਜਾਣੇ ਮੁੰਡੇ ਆ, ਅਸੀਂ ਇਕੱਲੀਆਂ ਜਨਾਨੀਆਂ ਘਰੇ ਆ, ਉਹਨਾਂ ਨੇ ਆਣ ਕੇ ਸਾਡੀ ਭੰਨ ਤੋੜ ਕੀਤੀ ਤੇ ਗੋਲੀਆਂ ਚਲਾਈਆਂ, ਅਸੀਂ ਮਹਾਂ ਹੀ ਬਚੀਆਂ ਵਾ। ਪਰਿਵਾਰਕ ਮੈਂਬਰਾਂ ਨੇ ਕਿਸੇ ਤਰ੍ਹਾਂ ਗੁਆਂਢੀਆਂ ਦੇ ਘਰ ਵੜ ਕੇ ਆਪਣੀ ਜਾਨ ਬਚਾਈ। ਜਾਂਦੇ ਹੋਏ ਨੌਜਵਾਨ ਗੁਆਂਢਣ ਦੇ ਘਰ ਦੀ ਵੀ ਭੰਨ ਤੋੜ ਕਰ ਗਏ। ਹੁਣ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਵੀ 3-4 ਦਿਨ ਹੋ ਗਏ ਸ਼ੱਕੀ ਹਾਲਤ ਇੱਥੇ ਬੰਦਾ ਵੜਿਆ ਘਰ 'ਚ, ਅਤੇ ਉਹਨੂੰ ਅਸੀਂ ਫੜ ਕੇ ਬਾਇਆ। ਬਾਅਦ 'ਚ ਉਹਨੂੰ 11 ਵਜੇ ਦੀ ਰਾਤ ਦੀ ਗੱਲ ਆ, ਉਹਨੂੰ ਜੋ ਬਾਇਆ, ਉਹਨੇ ਦੱਸਿਆ ਵੀ ਮੇਰਾ ਪਿੰਡ ਤੇਜਾ ਵਾਲਾ, ਪਹਿਲਾਂ ਦੱਸਦਾ ਕੁਛ ਨਹੀਂ। ਜਦੋਂ ਉਹਨੇ ਦੱਸਿਆ ਵੀ ਮੇਰਾ ਪਿੰਡ ਤੇਜਾ ਵਾਲਾ, ਫਿਰ ਅਸੀਂ ਸਾਬਕਾ ਸਰਪੰਚ ਨੂੰ ਫੋਨ ਕੀਤਾ, ਉਹ ਆ ਕੇ ਛਡਾ ਕੇ ਲੈ ਗਿਆ ਮਾਫ਼ੀ ਮੰਗ ਕੇ ਵੀ ਚਲੋ ਇਹਦੀ ਗਲਤੀ ਆ। ਅੱਜ ਦਿਨੇ 10 ਲੈ ਕੇ ਹਥਿਆਰ ਅਤੇ ਗੱਡੀਆਂ ਅਤੇ ਬੰਦੇ ਅਤੇ ਘਰ ਸਾਰਾ ਭੰਗ ਕਰਕੇ ਤੀ ਜਨਾਨੀਆਂ ਬਚੀਆਂ ਮਰ ਕੇ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਤੇ ਮਾਮਲੇ ਦੀ ਤਫਤੀਸ਼ ਆਰੰਭ ਦਿੱਤੀ ਹੈ। ਅਮਰਜੀਤ ਸਿੰਘ ਸਾਨੋ, ਗੁਰਦੀਪ ਸਿੰਘ ਵਾਸੀ ਜਮਸਤਪੁਰਾ, ਇਹਦੀ ਬੈਗ ਤੇ ਅੰਮ੍ਰਿਤਪਾਲ ਸਿੰਘ ਸਾਨੋ, ਕੁਲਦੀਪ ਸਿੰਘ, ਇੱਕ ਦਾ ਭਰਾ ਵਾ ਗੁਰਪ੍ਰੀਤ ਸਿੰਘ ਏਰੀਅਸ ਗੋਪੀ, 10-12 ਬੰਦਿਆਂ ਨੂੰ ਨਾਲ ਲੈ ਕੇ, ਨੌਜਵਾਨਾਂ ਮੁੰਡਿਆਂ ਨੂੰ, ਅਤੇ ਇਹਨਾਂ ਨੇ ਉਹਨਾਂ ਦੇ ਘਰ ਫੈਰਪੁਰ ਕੀਤੇ ਆ। ਉਹਨਾਂ ਦੇ ਕਾਰ ਅਤੇ ਟਰੈਕਟਰ ਭੰਨਿਆ, ਜਿਸ ਇਹਨਾਂ ਨੇ ਇਤਲਾਹ ਦੇਣ 'ਤੇ ਅਸੀਂ ਪਰਚਾ ਦਰਜ ਕਰ ਦਿੱਤਾ ਵਾ ਇਹਨਾਂ ਬੰਦਿਆਂ ਦੇ ਖਿਲਾਫ, ਅਤੇ ਅਗਲੀ ਜਿਹੜੀ ਤਫਤੀਸ਼ ਆ ਉਹ ਚੱਲ ਰਹੀ ਹੈ। ਬਹਰਹਾਲ ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦਾ ਲਾਇਸੈਂਸ ਲੈਣ ਲਈ ਭਾਵੇਂ ਡੋਪ ਟੈਸਟ ਦੀ ਪ੍ਰਕਿਰਿਆ ਨੂੰ ਲਾਜ਼ਮੀ ਕਰ ਦਿੱਤਾ ਗਿਆ, ਪਰ ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਗੈਰ ਕਾਨੂੰਨੀ ਹਥਿਆਰ ਮੌਜੂਦ ਨੇ ਉਹਨਾਂ ਤੇ ਲਗਾਮ ਕੱਸਣਾ ਸਰਕਾਰ ਦੇ ਵੱਸੋਂ ਬਾਹਰ ਦਾ ਕੰਮ ਲੱਗ ਰਿਹਾ ਹੈ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਮਰਨਾ ਹੀ, ਉਹ ਮਰਨਾ ਤੇ ਮੈਂ ਕੀ ਕਰਾਂ, 3-3 ਵੱਖਰੇ ਏਜੰਡਾ ਤੋਂ ਮੈਂ ਰਿਫਿਊਜ਼ਲ ਲਵਾ ਲਈ ਹੈ। 4.5 ਲੱਖ ਦਾ ਘਰ ਦਾ ਨੁਕਸਾਨ ਕਰਾਤਾ, ਮੇਰੇ ਬੈਂਡ ਬੜੇ ਘੱਟ ਹੈ, 5.5 ਬੈਂਡ ਹੈ ਸਾਰੇ ਮੇਰੇ, 5.5 ਬੈਂਡ ਜੀ ਵਿਨਿਆ ਵੀਜ਼ਾ ਲਵਾ ਦਿੰਦੇ ਆ, ਪਰ ਹੁਣ ਮੇਰੇ ਘਰਦੇ ਦਾ ਮੇਰੇ ਤੇ ਵਿਸ਼ਵਾਸ ਉੱਡ ਗਿਆ, ਉਹਨਾਂ ਨੇ ਪੈਸੇ ਨਹੀਂ ਖਰਚਣੇ, ਵਿਨਿਆ ਪੈਸੇ ਲੈਂਦੇ ਵੀਜ਼ਾ ਲੱਗਣ ਤੋਂ ਬਾਅਦ ਹੈ। ਸੱਚੀ ਆਪਣੀ ਗੱਡੀ ਵਿਨੇ ਹਰੀ ਦੇ BMC ਚੌਂਕ ਦੇ ਆਫਿਸ ਤੋਂ ਲੈ ਲਈਓ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, 1800-1100।